ਮੇਰਾ ਖਿਆਲ ਆ ਮੇਰੇ ਬਾਰੇ ਹੁਣ ਨਾ ਵੀ ਕੋਈ ਤੁਹਾਨੂੰ ਦੱਸੇ DHO ਤਾਂ ਸਾਨੂੰ ਪਤਾ ਹੀ ਆ, ਹੁਣ ਤਾਂ ਅਣਜਾਣ ਜਗ੍ਹਾ ਜਾ ਕੇ ਵੀ ਲੋਕ ਪਛਾਣ ਲੈਂਦੇ ਵੀ ਹੈ। ਸੋ ਮੈਂ ਇਹ ਕਹਿਣਾ ਵੀ ਇਹ ਜਿਹੜੀ ਤੁਹਾਨੂੰ ਟ੍ਰੇਨਿੰਗ ਦਿੱਤੀ ਹੈ, ਇਹ ਫਰੂਟ ਐਂਡ ਵੈਜੀਟੇਬਲ ਮਾਰਕੀਟ ਨੂੰ ਵੀ ਆਪਾਂ ਸੋਹਣਾ ਬਣਾਉਣਾ ਤੁਹਾਡੇ ਮੁਕੇਰੀਆਂ 'ਚ ਚੁਣੀ ਹੈ। ਇੱਕ ਜਿਹੜੀ ਕਲੀਨ ਫੂਡ ਸਟਰੀਟ ਹੱਬ ਹੈ ਜਿਹੜੀ ਜਿਹਦੇ ਤਹਿਤ ਸਾਡੇ ਅਸ਼ੋਰ ਕੁਆਲਿਟੀ ਮੈਨੇਜਮੈਂਟ ਸਰਵਿਸਿਜ਼ ਵੱਲੋਂ ਪੰਚਕੂਲਾ ਵੱਲੋਂ ਇਹ ਟ੍ਰੇਨਿੰਗ ਤੁਹਾਨੂੰ ਇੰਪਾਰਟ ਕੀਤੀ ਗਈ ਹੈ, ਦਿੱਤੀ ਗਈ ਆ। ਅਤੇ ਸਾਡੇ ਮੈਡਮ ਅੰਚਲ ਭਾਟੀਆ ਜੀ ਰਾਜਾ ਜੀ, ਸੋ ਬਹੁਤ ਕੁਛ ਦੱਸਤਾ ਮੇਰਾ ਖਿਆਲ ਹੈ। ਅਤੇ ਜਿਹੜਾ ਫੂਡ ਹੈ ਨਾ, ਜਿਹੜਾ ਫੂਡ ਤੁਸੀਂ ਦਿੰਦੇ ਹੋ ਖਾਣ, ਅਤੇ ਤੁਸੀਂ ਖਰੀਦਣ ਵਾਲੇ, ਤੁਸੀਂ ਖਾਣ ਵਾਲੇ, ਜਦੋਂ ਤੁਸੀਂ ਖਾਣ ਵਾਲੇ ਹੋਵੋਗੇ ਤਾਂ ਕਿਸ ਪੈਰਾਮੀਟਰ, ਕਿਸ ਪੈਮਾਨੇ ਦੀ ਚੀਜ਼ ਲੈਣੀ ਪਸੰਦ ਕਰਦੇ ਹੋ? ਪਨੀਰ ਖਾਣ ਵਾਲੇ ਹੈ, ਪਨੀਰ ਖਰੀਦਣ ਵਾਲੇ ਆਪਾਂ ਹੈ, ਜਦੋਂ ਫਿਰ ਆਪਾਂ ਸੋਚੀਏ ਮੈਂ ਕਿੱਦਾਂ ਦਾ ਪਨੀਰ ਲੈਣਾ, ਅਤੇ ਵੇਚਣ ਵਾਲਿਆਂ ਨੂੰ ਫਿਰ ਆਪਣੇ ਆਪ ਤੈਅ ਹੋ ਜਾਣਾ ਵੀ ਮੈਂ ਕਿੱਦਾਂ ਦੀ ਚੀਜ਼ ਦੇਣੀ ਆ। ਦੋਹਰੇ ਮਾਪਦੰਡ ਨਹੀਂ ਜੇ ਚੱਲਣੇ, ਭਈ ਤੁਸੀਂ ਕਹੋ ਖਾਣ ਵੇਲੇ ਜੋ ਮਰਜ਼ੀ ਗੰਦ ਖਿਲਾ ਦਈਏ, ਅਤੇ ਜਦੋਂ ਅਸੀਂ ਲੈਣ ਜਾਈਏ ਅਸੀਂ ਕਹੀਏ ਵੀ ਸਾਨੂੰ ਤਾਂ ਵੀ ਮਿਆਰੀ ਚੀਜ਼ ਮਿਲਣੀ ਚਾਹੀਦੀ, ਇਹ ਨਹੀਂ ਹੋਣਾ। ਸੋ ਕੋਈ ਆਪਾਂ ਸਖਤ ਨਹੀਂ ਹੈਗੇ, ਕੋਈ ਸਟ੍ਰਿਕਟ ਨਹੀਂ ਹੈਗੇ, ਪਰ ਤੁਹਾਡੇ ਬੱਚਿਆਂ ਦਾ, ਪੰਜਾਬ ਦਾ ਮਾਮਲਾ ਆ, ਫੂਡ ਦਾ ਮਾਮਲਾ ਆ, ਇਸ ਕਰਕੇ ਕੋਈ ਵੀ ਢਿੱਲ ਮਾਠੇ ਦੇ 'ਚ ਆਪਾਂ ਬਰਦਾਸ਼ਤ ਨਹੀਂ ਕਰਨੀ। ਭਾਵੇਂ ਮੇਰਾ ਸਕਾ ਭਰਾ ਵੀ ਹੋਵੇ, ਕੋਈ ਕਿੱਡਾ ਵੀ ਕਰੀਬ ਹੋਵੇ, ਕੋਈ ਸਿਫਾਰਿਸ਼, ਮੈਂ ਅੱਜ ਤੱਕ ਕਿਉਂ ਇੰਨਾ ਸ਼ਰੂਡ ਹੋ ਕੇ, ਬਲੰਟ ਹੋ ਕੇ ਕਿਉਂ ਚੱਲਿਆ? ਇਸ ਕਰਕੇ ਸਿਰਫ ਚੱਲਿਆ ਕਿਉਂਕਿ ਹੋਰ ਕਿਸੇ ਮਾਮਲੇ 'ਚ ਸਿਫਾਰਿਸ਼ ਮੰਨ ਲਓ, ਕੋਈ ਗੱਲ ਨਹੀਂ, ਇੱਧਰ ਉੱਧਰ ਹੋ ਜੇ, ਪਰ ਫੂਡ ਦਾ ਮਾਮਲਾ ਇੱਦਾਂ ਦਾ ਆ ਭਈ ਜਿਹੜਾ ਤੁਹਾਡੇ ਬੋਡੀ 'ਚ ਚਲਾ ਗਿਆ, ਜਾਂ ਜਿਹੜਾ ਤੁਸੀਂ ਕਿਸੇ ਨੂੰ ਖਵਾ ਤਾ ਅਤੇ ਉਹ ਜਿਹਦੇ ਅੰਦਰ ਚਲਾ ਗਿਆ, ਫਿਰ ਚਲਾ ਗਿਆ, ਹੁਣ ਉਹਦਾ ਕੀ ਕਰ ਲਉਂਗੇ? ਉਹ ਤਾਂ ਅਬਜ਼ੋਰਬ ਹੋ ਗਿਆ, ਤੁਹਾਡੇ ਸਾਰੇ ਬੋਡੀ 'ਚ ਅਬਜ਼ੋਰਬ ਹੋ ਗਿਆ। ਸੋ ਉਹਦਾ ਕੋਈ ਸਲਿਊਸ਼ਨ ਨਹੀਂ ਹੈਗਾ। ਇਸ ਕਰਕੇ ਕੀ ਕਿੱਦਾਂ ਦੇ ਵਿੱਚ, ਕਿੱਦਾਂ ਦੇ ਬੰਦਿਆਂ 'ਚ, ਬੱਚਿਆਂ 'ਚ ਕਿਹੜੀ ਚੀਜ਼ ਮੂੰਹ 'ਚ ਅਸੀਂ ਪਾਉਣੀ ਆ, ਇਹ ਤੈਅ ਕਰਨਾ, ਅੱਜ ਇਹ ਫੈਸਲਾ ਕਰਨਾ ਤੁਸੀਂ। ਮੈਂ ਬਹੁਤ ਕੁਛ ਸਹਿ ਲਿਆ, ਪੋਲੀਟੀਕਲ ਹਿੰਡਰੈਂਸਿਸ, ਓਬਸਟੇਕਲਸ ਵੀ ਮੈਂ ਓਵਰਕਮ ਕਰ ਗਿਆ, ਉਹਨੂੰ ਲੰਘ ਗਿਆ, ਕਿਉਂਕਿ ਇਸ ਕਰਕੇ ਕਿਉਂਕਿ ਮੈਨੂੰ ਵਾਹਿਗੁਰੂ ਨੇ ਮੇਰਾ ਸਾਥ ਦਿੱਤਾ, ਅਕਾਲ ਪੁਰਖ ਨੇ, ਕਿਉਂਕਿ ਮੈਨੂੰ ਤੁਹਾਡੀ ਚਿੰਤਾ ਸੀ, ਤੁਹਾਡੇ ਬੱਚਿਆਂ ਦੀ ਚਿੰਤਾ ਸੀ ਭਈ ਮੈਂ ਇਹਨਾਂ ਨੂੰ ਇੱਦਾਂ ਦਾ ਫੂਡ ਨਹੀਂ ਜੇ ਦੇਣਾ, ਨਾ ਕਿਸੇ ਪੈਸੇ ਧੇਲੇ ਲਈ ਕੋਈ ਇੱਧਰ ਉੱਧਰ ਹੋਏ, ਨਾ ਕੋਈ ਹੋਰ ਸਿਫਾਰਿਸ਼ ਜਾਂ ਕਿਸੇ ਮਾਮਲੇ 'ਚ, ਕੋਈ ਰਿਸ਼ਤੇਦਾਰੀਆਂ ਨੂੰ ਵੀ ਨਹੀਂ ਮੋਹਰੇ ਰੱਖਿਆ, ਕਿਉਂਕਿ ਮੋਹਰੇ ਸਿਰਫ ਰੱਖਿਆ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਦੇ ਪੈਰਾਮੀਟਰ ਜਿਹੜੇ ਆ, ਉਹਨੇ ਕੀ ਪੈਰਾਮੀਟਰ ਤੈਅ ਕੀਤਾ, ਉਹਨੇ ਬਣਾ ਤੇ ਪੈਰਾਮੀਟਰ, ਚਾਹੇ ਉਹ ਸਫਾਈ ਦਾ ਲੈ ਕੇ ਵੀ ਆ, ਤੁਹਾਡੇ ਸਾਹਮਣੇ ਸਾਰਾ ਕੁਛ ਅੱਜ ਤੁਹਾਨੂੰ ਸਾਰੇ ਪੈਂਫਲੇਟ ਵੀ ਵੰਡ ਦੇਣੇ ਆ, ਆ ਸਾਰੇ ਇੰਸਟਰਕਸ਼ਨ ਆ, ਪਰ ਇਹ ਜਿਹੜੇ 12 ਗੋਲਡਨ ਰੂਲਸ ਹੈ, ਇਹ ਸਿਰਫ ਇਹਦੇ ਵਿੱਚ ਨਹੀਂ ਰਹਿਣੇ ਚਾਹੀਦੇ, ਇਹ ਲਾਗੂ ਹੋਣੇ ਚਾਹੀਦੇ ਆ। ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਕਈਆਂ ਨੂੰ ਲੱਗੇ ਲੋਕੀ ਸੁਪਨਾ ਲੈਂਦੇ ਹੁੰਦੇ ਆ ਵੀ ਉਲਟੀ ਗਿਣਤੀ ਵੀ ਸ਼ੁਰੂ ਕਰਦੇ ਆ ਕਈਆਂ ਦੀ, ਵੀ ਅਫਸਰ ਦਾ ਕੈਲੰਡਰ 'ਤੇ ਲਿਖੀ ਜਾਣਾ ਵੀ ਹੁਣ ਇਹਦਾ ਇੱਕ ਦਿਨ ਘੱਟ ਗਿਆ, ਹੁਣ ਦੂਜਾ ਦਿਨ ਘੱਟ ਗਿਆ, ਹੁਣ ਜਾਣ ਵਾਲਾ ਇਹ। ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗੱਲ, ਵੀ ਮੈਂ ਭਾਵਾਂ DHO ਨਾ ਵੀ ਰਹਾਂ ਤਾਂ ਵੀ ਮੈਂ ਇੱਦਾਂ ਦੀ ਸਟਰੈਟਜੀ ਬਣਾ ਜਾਊਂਗਾ ਵੀ ਮੈਂ ਫੂਡ 'ਚ ਇੰਟਰਫੀਅਰ ਕਰੂੰਗਾ, ਮੈਂ ਫੂਡ ਦੇ ਵਿੱਚ ਸਰਵਿਸ ਸੇਵਾਵਾਂ ਨਿਭਾਊਂਗਾ, ਇਹ ਮੇਰਾ ਤੁਹਾਡੇ ਨਾਲ ਪ੍ਰੋਮਿਸ, ਮੈਂ ਆਪਣੇ ਇੱਦਾਂ ਦਾ ਕੁਛ ਕਰ ਲੈਣਾ ਵਾ ਜਿਹਦੇ ਨਾਲ ਮੈਂ ਫੂਡ ਸੇਫਟੀ ਟੀਮ ਦੇ ਨਾਲ ਮੈਂ ਵੀ ਆਊਂ ਕਰੂੰਗਾ ਤੁਹਾਡੇ ਕੋਲ, ਚਾਹੇ ਮਨੀਸ਼ ਸੋਢੀ ਜੀ ਉਦੋਂ ਹੋਣਗੇ ਸਿਸਟਮ 'ਚ, ਮੈਂ ਨਹੀਂ ਹੋਊਂਗਾ, ਪਰ ਮੈਂ ਫੇਰ ਵੀ ਆਊਂਗਾ, ਮੈਂ ਨਹੀਂ ਹਟਣਾ ਇਸ ਸੇਵਾ ਤੋਂ ਪਿੱਛੇ, ਕਿਉਂਕਿ ਮੈਂ ਤੈਅ ਕਰ ਲਿਆ ਕਿ ਪੰਜਾਬ ਨੂੰ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਕੇ ਹਟਣਾ, ਪੰਜਾਬ ਨੂੰ ਮਿਆਰੀ ਫੂਡ ਦੇ ਕੇ ਹਟਣਾ। ਜਿਹੜੀ ਗਲਤ ਪ੍ਰੈਕਟਿਸ ਸ਼ੁਰੂ ਹੋ ਗਈ ਹੈ, ਹੁਣ ਪਨੀਰ ਦੀਆਂ ਸਫਾਈਆਂ ਲੋਕ ਦਿੰਦੇ ਆ, ਪਨੀਰ ਦਾ ਮਿਆਰ ਕਿੰਨੇ ਆ ਮਨੀਸ਼, ਪਨੀਰ ਦੇ ਮਿਆਰ ਕਿੰਨੇ ਤੋਂ ਲਿਖੂਗਾ ਵੀ ਮੇਰੀ ਇੰਨੀ ਫੈਟ ਹੈ ਇਹਦੇ ਚਾਹ ਆ, ਹਨਾ,
ਪਰ ਜਿਹੜਾ ਲੂਜ਼ ਪਨੀਰ ਹੈ ਜਿਹੜਾ ਅਸੀਂ ਪਿੱਛੇ ਜੇ ਸੈਂਪਲ ਭਰੇ ਆ ਉਹਦਾ ਇੱਕੋ ਹੀ ਮਿਆਰ ਹੈ, ਉਹ ਜਿਹੜੀ ਫੂਡ ਐਂਡ ਡਰੱਗ ਲੈਬ ਖਰੜ ਨੇ ਜਿਹੜਾ ਉਹ ਉਹੀ ਪੈਰਾਮੀਟਰ ਤੇ ਦੇਖਣਾ ਤੇਰਾ ਪਨੀਰ ਖਰਾ ਉਤਰਦਾ ਕਿ ਨਹੀਂ ਉਤਰਦਾ। ਤੇਰੀਆਂ ਸਫਾਈਆਂ ਨਾਲ ਸਾਨੂੰ ਕੋਈ ਮਤਲਬ ਨਹੀਂ ਹੈਗਾ, ਕੋਈ ਕਹੇ ਵੀ ਦੋ ਫੈਟ ਹੁੰਦੀ ਗਾਂ ਦੀ ਫਲਾਣੇ ਦੀ ਹੁੰਦੀ ਆ, ਲੋ ਕੋਈ ਐਕਸਕਿਊਜ਼ ਨਹੀਂ। ਜਿਹੜਾ ਬੰਦਾ 300 350 ਰੁਪਇਆ ਪਨੀਰ ਦਾ ਅਦਾ ਕਰਦਾ ਉਹਨੂੰ ਉਸ ਚੀਜ਼ ਮਿਲਣੀ ਚਾਹੀਦੀ ਹੈ।